ਕਿਸਾਨਾਂ ਅਤੇ ਮੰਤਰੀਆਂ ਦੇ ਵਿਚਾਲੇ ਮੀਟਿੰਗ ਦਾ ਸਿੱਟਾ ਨਿਕਲਿਆ ਏ। ਤਿੰਨ ਫਸਲਾਂ 'ਤੇ MSP ਕਿਸਾਨਾਂ ਨੂੰ ਦੇਣ ਲਈ ਸਰਕਾਰ ਰਾਜ਼ੀ ਹੋ ਗਈ ਹੈ। ਦਰਅਸਲ ਪ੍ਰਸਤਾਵ ਦਿੱਤਾ ਏ ਕਿਸਾਨਾਂ ਨੂੰ ਤਿੰਨ ਹੋਰ ਫਸਲਾਂ 'ਤੇ MSP ਦੇਣ ਦਾ। ਝੋਨੇ ਅਤੇ ਕਣਕ 'ਤੇ ਪਹਿਲਾਂ ਤੋਂ MSP ਮਿਲਦੀ ਸੀ ਅਤੇ ਹੁਣ ਦਾਲਾਂ, ਕਪਾਹ ਅਤੇ ਮੱਕੀ 'ਤੇ MSP ਦੇਣ ਦਾ ਪ੍ਰਸਤਾਵ ਦਿੱਤਾ ਏ। ਕਿਸਾਨਾਂ ਨੂੰ 5 ਸਾਲ ਦੇ ਲਈ ਕਰਾਰ ਕਰਨਾ ਹੋਵੇਗਾ ਸਰਕਾਰ ਦੇ ਨਾਲ, ਅਤੇ ਸਰਕਾਰ ਦੀਆਂ 2 ਏਜੰਸੀਆਂ ਕਿਸਾਨਾਂ ਨੂੰ ਇਹਨਾਂ 3 ਫਸਲਾਂ 'ਤੇ MSP ਦੇਣਗੀਆਂ। MSP ਦੇ ਖਰੀਦ ਲਈ ਕੋਈ ਵੀ ਲਿਮਿਟ ਨਹੀਂ ਹੋਵੇਗੀ। ਦੱਸ ਦਈਏ ਕਿ ਚੰਡੀਗੜ੍ਹ 'ਚ ਕੇਂਦਰ ਸਰਕਾਰ ਦੇ 3 ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਦੇਰ ਰਾਤ ਤੱਕ 4th ਗੇੜ ਦੀ ਮੀਟਿੰਗ ਹੋਈ, ਜਿਸ ਵਿੱਚ ਅਰਜੁਨ ਮੁੰਡਾ, ਪਿਊਸ਼ ਗੋਇਲ ਅਤੇ ਨਿਤਿਆਨੰਦ ਰਾਏ ਮੌਜੂਦ ਸੀ। ਇਸ ਵਿੱਚ ਸਰਵਣ ਪੰਧੇਰ, ਜਗਜੀਤ ਦੱਲੇਵਾਲ ਸਮੇਤ 14 ਕਿਸਾਨ ਆਗੂ ਵੀ ਸ਼ਾਮਲ ਸਨ। ਦੇਰ ਰਾਤ ਤੱਕ ਇਹ ਮੀਟਿੰਗ ਚੱਲਦੀ ਰਹੀ। CM ਮਾਨ ਵੀ ਕਿਸਾਨਾਂ ਦੇ ਨਾਲ ਮੌਕੇ 'ਤੇ ਡਟੇ ਰਹੇ। CM ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਮੌਕੇ 'ਤੇ ਮੌਜੂਦ ਸੀ। ਤਾਂ ਇਸ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਏ ਕਿ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਕਿਸਾਨਾਂ ਨੂੰ 3 ਹੋਰ ਫਸਲਾਂ 'ਤੇ MSP ਦੇਣ ਦਾ ਪ੍ਰਸਤਾਵ ਦਿੱਤਾ ਹੋਇਆ ਹੈ। ਤਾਂ ਦੱਸ ਦਈਏ ਕਿ ਕਿਸਾਨਾਂ ਨੂੰ 5 ਸਾਲ ਦੇ ਲਈ ਕਰਾਰ ਵੀ ਕਰਨਾ ਹੋਵੇਗਾ ਇਹਨਾਂ ਏਜੰਸੀਆਂ ਦੇ ਨਾਲ, ਅਤੇ MSP 'ਤੇ ਖਰੀਦ ਲਈ ਕੋਈ ਵੀ ਲਿਮਿਟ ਨਹੀਂ ਹੋਵੇਗੀ। ਅਨਲਿਮਿਟਡ ਖਰੀਦ ਹੋ ਸਕਦੀ ਹੈ MSP 'ਤੇ, ਅਤੇ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਵੀ ਹੋਵੇਗਾ। ਅਤੇ ਹੁਣ ਕੁੱਲ ਮਿਲਾ ਕੇ 5 ਫਸਲਾਂ 'ਤੇ MSP ਦੇਣ ਦੀ ਗੱਲ ਕਹੀ ਜਾ ਰਹੀ ਹੈ। 2 ਤਾਂ ਪਹਿਲਾਂ ਹੀ ਮਿਲਦੀ ਹੈ ਅਤੇ 3 ਹੋਰ ਨਵੀਆਂ ਫਸਲਾਂ 'ਤੇ ਕੇਂਦਰ ਨੇ MSP ਦੇਣ ਦਾ ਪ੍ਰਸਤਾਵ ਦਿੱਤਾ ਹੈ। ਇੱਕ ਵਾਰ ਫਿਰ ਦੁਹਰਾ ਦਿੰਦੇ ਹਾਂ, ਦਾਲਾਂ, ਕਪਾਹ ਅਤੇ ਮੱਕੀ 'ਤੇ MSP ਦੇਣ ਦਾ ਪ੍ਰਸਤਾਵ ਰੱਖਿਆ ਹੈ। ਚੰਡੀਗੜ੍ਹ ਦੇ ਵਿੱਚ ਬੀਤੀ ਦੇਰ ਰਾਤ ਤੱਕ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਚੱਲਦੀ ਰਹੀ, ਅਤੇ ਮੀਟਿੰਗ ਦੇ ਦੌਰਾਨ ਕੇਂਦਰ ਦੇ ਵੱਲੋਂ ਕਿਸਾਨਾਂ ਦੇ ਅੱਗੇ ਆਹ ਪ੍ਰਸਤਾਵ ਰੱਖਿਆ ਗਿਆ ਹੈ ਕਿ ਦਾਲਾਂ, ਕਪਾਹ ਅਤੇ ਮੱਕੀ 'ਤੇ MSP ਦਿੱਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਆਪਣਾ ਕੀ ਫੈਸਲਾ ਰੱਖਦੇ ਨੇ, ਕਿਸਾਨਾਂ ਦੇ ਵੱਲੋਂ ਅਗਲੀ ਕਾਰਵਾਈ ਜਿਹੜੀ ਹੈ ਉਹ ਕੀ ਕੀਤੀ ਜਾਂਦੀ ਹੈ, ਕੀ ਸ਼ੰਭੂ ਬਾਰਡਰ ਤੋਂ, ਖਨੌਰੀ ਬਾਰਡਰ ਤੋਂ ਕਿਸਾਨ ਘਰ ਵਾਪਸ ਪਰਤਣਗੇ ਜਾਂ ਫਿਰ ਇਸ ਅੰਦੋਲਨ ਨੂੰ ਹੋਰ ਅੱਗੇ ਤੱਕ ਖਿੱਚਿਆ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵਿਚਾਰ ਵਟਾਂਦਰੇ ਆਪਸ 'ਚ ਹੋਏ ਮਾਹੌਲ, ਕਿਉਂਕਿ ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ 'ਤੇ ਉੱਥੇ ਬੈਠਦਾ, ਔਰ ਮੈਂ ਜੇ ਕੋਈ ਪ੍ਰਪੋਜ਼ਲ ਇੱਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ। ਤੁਹਾਨੂੰ ਯਾਦ ਹੋਊਗਾ ਇਸੇ ਜਗ੍ਹਾ 'ਤੇ 8 ਤਰੀਕ ਨੂੰ, 8 ਫਰਵਰੀ ਨੂੰ ਜਦੋਂ ਆ ਕੇ ਮੈਂ ਮੀਡੀਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਉਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜ਼ੰਬੀਕ ਤੋਂ ਅਤੇ ਕੋਲੰਬੀਆ ਤੋਂ $2 ਬਿਲੀਅਨ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ, ਇੰਪੋਰਟ ਕਰਦਾ ਭਾਰਤ ਦੇਸ਼ ਕੋਲੰਬੀਆ ਤੋਂ, ਮੁਜ਼ੰਬੀਕ ਤੋਂ $2 ਬਿਲੀਅਨ ਦੀਆਂ। ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਔਰ ਦੂਜੇ ਮੰਤਰੀਆਂ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ, ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ, ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ 'ਤੇ ਬੀਜਾਂਗੇ ਜੇ ਉਹਦੇ 'ਤੇ ਸਾਨੂੰ MSP ਦੀ ਗਰੰਟੀ ਦੇ ਦਿਓ
ਤਾਂ ਅਸੀਂ ਤੁਹਾਨੂੰ ਦਾਲਾਂ ਪੈਦਾ ਕਰਕੇ ਦੇ ਸਕਦੇ ਹਾਂ। ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ। ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ 'ਤੇ ਡਿਪੈਂਡਡ ਸੀ, ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ, ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਅਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਭਰਤੇ, ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ। ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜ਼ਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ। ਸੋ ਮੈਂ ਕਿਹਾ ਸੀ ਕਿ ਦਾਲਾਂ ਸਾਡੀਆਂ ਸਾਨੂੰ ਦਿਓ, ਕਿਹੜੀਆਂ ਕਿਹੜੀਆਂ ਦਾਲਾਂ ਨੇ। ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ, ਪਰ ਉਹਦੇ 'ਤੇ ਸਾਨੂੰ MSP ਦੀ ਗਰੰਟੀ ਹੋਣੀ ਚਾਹੀਦੀ, ਇੱਕ ਇੱਕ ਦਾਣਾ ਚੱਕਣ ਦੀ ਵੀ ਗਰੰਟੀ ਹੋਣੀ ਚਾਹੀਦੀ। ਅੱਜ ਉਸ ਵਿਸ਼ੇ 'ਤੇ ਵੀ ਗੱਲ ਹੋਈ। ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ, ਮੰਤਰੀ ਸਾਹਿਬ ਦੱਸ ਕੇ ਗਏ ਹੋਣੇ। ਅਤੇ ਫਿਰ ਨਰਮਾ ਅਤੇ ਕਪਾਹ, ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ, ਬਰਨਾਲੇ ਦਾ ਇਲਾਕਾ, ਮਾਨਸਾ, ਬਠਿੰਡਾ, ਫਾਜ਼ਿਲਕਾ, ਇੱਧਰ ਅਰਨੀ ਵਾਲਾ, ਪੰਨੀ ਵਾਲਾ, ਜਲਾਲਾਬਾਦ, ਅਬੋਹਰ ਤੱਕ ਸਾਡਾ, ਉਹਨੂੰ ਕਾਟਨ ਬੈਲਟ ਕਹਿੰਦੇ ਸੀ, ਨਰਮਾ ਅਤੇ ਕਪਾਹ ਹੁੰਦੀ ਸੀ। ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ, ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ। ਕਦੇ ਚਿੱਟੀ ਮੱਖੀ ਨੇ ਖਾ ਲਿਆ, ਕਦੇ ਗੁਲਾਬੀ ਸੁੰਡੀ ਨੇ ਖਾ ਲਿਆ, ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ। ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਰੰਟੀ ਚਾਹੀਦੀ ਹੈ ਖਰੀਦ ਦੀ, ਨਰਮੇ ਅਤੇ ਕਪਾਹ ਦੀ ਵੀ।